ਕੀ ਨਾਮ ਹੈ ਸਰ? ਮੇਰਾ ਨਾਮ ਹੈ ਦਵਿੰਦਰ ਸਿੰਘ ਪਿਸ਼ੌਰ। ਆ ਜਿਹੜੀ ਅੱਧ ਪੀਸੀ ਰੱਖੀ ਹੈ ਇਹਦੇ ਬਾਰੇ ਦੱਸ ਦਿਓ। ਜਿਹੜਾ ਅੱਜ ਇਹ ਚੱਲ ਰਿਹਾ ਸਾਰਾ ਸਿਸਟਮ, ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਬਿਜਲੀ ਬੋਰਡ ਦੇ ਜਿਹੜੇ ਹਾਲਾਤ ਨੇ ਕਰਮਚਾਰੀਆਂ ਦੇ, ਉਹ ਬਹੁਤ ਹੀ ਨਾਜ਼ੁਕ ਨੇ, ਕਿਉਂਕਿ ਸਾਡੇ 'ਤੇ ਵਰਕਲੋਡ ਇੰਨਾ ਹੈ। ਅਸੀਂ ਪਿੱਟ ਪਿੱਟ ਕੇ ਮਰ ਗਏ ਸਰਕਾਰ ਅਤੇ ਮੈਨੇਜਮੈਂਟ ਨੂੰ ਵੀ ਭਰਤੀ ਕੀਤੀ ਜਾਵੇ। ਲੱਖਾਂ ਬੇਰੁਜ਼ਗਾਰ ਨੌਜਵਾਨ ਤੁਰਿਆ ਫਿਰਦਾ, ਉਹਨਾਂ ਨੂੰ ਭਰਤੀ ਕਿਉਂ ਨਹੀਂ ਕਰ ਰਹੇ? ਅਸੀਂ ਬਹੁਤ ਥੋੜ੍ਹੇ ਮੁਲਾਜ਼ਮ 100% ਆਪਣਾ ਦੇ ਕੇ, ਉਸ ਤੋਂ ਬਾਅਦ ਵੱਬਨ ਸਮਾਂ ਦੇ ਕੇ ਇਸ ਸਿਸਟਮ ਨੂੰ ਚਲਾ ਰਿਹਾ ਜਿਹੜਾ ਅਦਾਰਾ ਹੈ ਸਾਡਾ। ਇਸ ਅਦਾਰੇ ਦਾ ਕਿਤੇ ਵੀ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਦਾਰਾ ਸਾਡਾ, ਇਸ ਅਦਾਰੇ ਤੋਂ ਸਾਡੇ ਘਰ ਚੱਲਦੇ ਆ। ਪਰ ਮੈਨੇਜਮੈਂਟ ਅਤੇ ਸਾਡੀ ਸਰਕਾਰ ਹੈ, ਉਸ ਨੇ ਸਾਨੂੰ ਦੂਜੇ ਲੋਕ ਪਾਸੇ ਲੋਕਾਂ ਨਾਲ ਲੜਾਉਣ ਦੇ ਚੱਕਰ 'ਚ ਉਸ ਪਾਸੇ ਲਿਆ, ਅਤੇ ਹੁਣ ਇੱਕ ਕੱਲ੍ਹ ਇੱਕ ਨੇ ਚਿੱਠੀ ਕੱਢੀ ਹੈ, ਐਸਮਾ ਤੱਕ ਲਾਗੂ ਕਰਨ ਜਾ ਰਹੇ ਹੈ। ਮੈਂ ਕਹਿਣਾ ਚਾਹੁੰਦਾ ਮੈਨੇਜਮੈਂਟ ਨੂੰ ਅਤੇ ਪੰਜਾਬ ਦੀ ਸਰਕਾਰ ਨੂੰ ਕਿ ਕਿਰਪਾ ਕਰਕੇ ਤੁਸੀਂ ਬਿਜਲੀ ਕਾਮਿਆਂ ਦੇ ਹਾਲਾਤ ਦੇਖੋ, ਔਰ ਮੰਗਦੇ ਕੀ ਹਾਂ ਅਸੀਂ, ਆਪਣੇ ਹੱਕ ਮੰਗਦੇ ਹਾਂ, ਮੰਗਦੇ ਵੀ ਉਹ ਹਾਂ ਜੋ ਮੰਗਾਂ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਰਹੇ ਹੋ, ਮੰਨੀਆਂ ਮੰਗਾਂ ਨੇ ਉਹ। ਔਰ ਇਹਦੇ ਨਾਲ ਅਸੀਂ ਹੁਣ ਵਰਕ ਟੂ ਰੂਲ, ਜਿਵੇਂ ਕਿ ਤੁਹਾਨੂੰ ਸੈਕਟਰੀ ਸਾਹਿਬ ਨੇ ਦੱਸਿਆ, ਵਰਕ ਟੂ ਰੂਲ 'ਤੇ 1 ਤਰੀਕ ਨੂੰ ਅਸੀਂ ਜਿਹੜਾ ਹੈ ਅੰਮ੍ਰਿਤਸਰ ਧਰਨੇ 'ਤੇ ਜਾ ਰਹੇ ਹਾਂ। ਉਹਦੇ ਵਿੱਚ ਸਾਡੇ ਰੈਗੂਲਰ ਕਰਮਚਾਰੀਆਂ ਤੋਂ ਇਲਾਵਾ ਪੈਨਸ਼ਨ ਐਸੋਸੀਏਸ਼ਨ ਅਤੇ ਪੈਨਸ਼ਨ ਯੂਨੀਅਨ ਜਿਹੜੀਆਂ ਸਾਡੇ ਸਾਥੀ ਰਿਟਾਇਰ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਵੀ ਕੱਖ ਨਹੀਂ ਦਿੱਤਾ, ਉਹਨਾਂ ਦੇ ਬੜੇ ਬਕਾਏ ਲੰਮੇ ਸਿਰ ਤੋਂ ਚੰਮੇ ਤੋਂ ਲੁਮਕੇ ਪਏ ਆ, ਉਹ ਵੀ ਸਾਡਾ ਸਾਥ ਦੇ ਰਹੇ ਆ, ਕਿਉਂਕਿ ਬੱਚਾ ਬੱਚਾ ਜੋ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਆ ਉਹ ਬੜਾ ਪੀੜਿਤ ਆ। ਔਰ ਇਹਦੇ ਨਾਲ ਨਾਲ ਸਾਡੀਆਂ ਲੰਮੇ ਸਮੇਂ ਤੋਂ ਇੰਨੇ ਇੰਨੇ ਸਾਲਾਂ ਤੋਂ ਸਾਡੇ ਜਿਹੜੇ ਸਾਥੀ RTM ਨੇ ਉਹ ਗ੍ਰੇਡਾਂ 'ਤੇ ਨੌਕਰੀਆਂ ਕਰ ਰਹੇ ਨੇ, ਕੋਈ ਪ੍ਰਮੋਸ਼ਨ ਨਹੀਂ, ਔਰ ਪੇਮੈਂਟ ਤੋਂ ਵਾਂਝੇ ਕਰਤੇ ਹੋ, ਸਾਰੀਆਂ ਕੈਟਾਗਰੀਆਂ ਨੂੰ ਦਿੱਤੀ ਆ ਪੇਮੈਂਟ 'ਤੇ ਉਹ ਵਾਂਝੇ ਕਰਤੇ, ਔਰ ਉਹ ਸਾਥੀਆਂ ਦੇ ਵਿੱਚ ਇੰਨਾ ਕੁ ਰੋਸ ਹੈ, ਉਹ ਅੱਜ ਕੁਛ ਵੀ ਕਰਨ ਮਰਨ ਲਈ ਤਿਆਰ ਨੇ। ਔਰ ਮੈਂ ਸਾਡੇ ਸਾਥੀਆਂ ਨੂੰ ਵੀ ਅਪੀਲ ਕਰਦਾ ਕਿ ਜੋ ਇਹ ਐਸਪਾ ਦਾ ਜਾਂ ਕੋਈ ਚਿੱਠੀ ਕੱਢੀ ਹੈ, ਜੋ ਸਾਨੂੰ ਇਸ ਚਿੱਠੀ ਰਾਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਾਡੇ ਸਾਥੀਆਂ ਨੂੰ ਅਪੀਲ ਹੈ, ਸਾਡੇ ਸਮੁੱਚੇ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸਮੁੱਚੀ ਲੀਡਰਸ਼ਿਪ ਵੱਲੋਂ, ਕਿ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਕੋਈ, ਤੁਸੀਂ 9 ਤੋਂ 5-8 ਘੰਟੇ ਡਿਊਟੀ ਕਰਦੇ ਹੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਕਿਤੇ ਵੀ ਕੋਈ ਹੁੱਲੜਬਾਜ਼ੀ ਨਹੀਂ ਕਰਨੀ, ਇਹ ਅਦਾਰਾ ਆਪਣਾ, ਇਹਦਾ ਕਿਤੇ ਕੋਈ ਨੁਕਸਾਨ ਨਹੀਂ ਕਰਨਾ, ਔਰ ਤੁਹਾਡਾ ਕੋਈ ਨੁਕਸਾਨ ਹੋਣ ਨਹੀਂ ਦਿਆਂਗੇ, ਇਸ ਗੱਲ ਦਾ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ। ਔਰ ਇਹਦੇ ਨਾਲ ਨਾਲ 3 ਤਰੀਕ ਨੂੰ ਵਿਧਾਨ ਸਭਾ ਵੱਲ ਮਾਰਚ ਕਰਨਾ ਜਿਹੜਾ, ਉੱਥੇ ਵੀ ਸਾਡੇ ਜਿਹੜੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਜਾਣਗੇ, ਉਹਦੇ ਵਿੱਚ ਵੀ ਅਸੀਂ ਵੱਡੇ ਕਾਫਲਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੀ ਉੱਥੇ ਰੋਸ ਪ੍ਰੋਟੈਸਟ ਕਰਨਾ, ਕਿਉਂਕਿ ਬਹੁਤੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ, ਜਿੰਨੀਆਂ ਵਿੱਤ ਵਿਭਾਗ ਦੀਆਂ ਮੰਗਾਂ ਨੇ ਉਹ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਸਰਕਾਰ ਕੁਛ ਸਾਡੇ ਤੋਂ ਕੱਟਣਾ ਚਾਹੁੰਦੀ ਹੈ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਕੁਛ ਕੱਟਦੀ ਹੈ, ਤਾਂ ਪਹਿਲਾਂ ਪਾਵਰਕੌਮ ਦੀ ਮੈਨੇਜਮੈਂਟ ਕੱਟ ਲੈਂਦੀ ਹੈ, ਔਰ ਜਦੋਂ ਲਾਗੂ ਕਰਦੀ ਹੈ ਤਾਂ ਉਹ ਸਾਡੇ 'ਤੇ ਆ ਕੇ ਲਾਗੂ ਕਈ ਸਾਲਾਂ ਬਾਅਦ ਹੁੰਦਾ ਹੈ। ਜਿਵੇਂ ਕਿ ਸਾਡੇ ਪੱਤੇ ਸੀਗੇ 21 ਤੋਂ ਉਹਨਾਂ ਨੇ ਬਹਾਲ ਕੀਤੇ ਅਤੇ ਸਾਨੂੰ ਦਿੱਤੇ ਆ 24 ਜਾ ਕੇ, ਅਸੀਂ ਪਿਛਲਾ ਏਰੀਅਰ ਮੰਗਿਆ ਤਾਂ ਉਹ ਸਾਡਾ ਖੂਹ ਖਾਤੇ ਪਾਤਾ। ਔਰ ਮੈਂ ਮੈਨੇਜਮੈਂਟ ਨੂੰ ਅਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਾਡਾ 1-1 ਪੈਸਾ ਜੋ ਤੁਹਾਡੇ ਤੋਂ ਲੈਣਾ ਅਸੀਂ ਨੇ ਉਹ ਸਾਡਾ ਜਾਰੀ ਕੀਤਾ ਜਾਵੇ। ਔਰ ਇਹਦੇ ਨਾਲ ਨਾਲ ਜੋ ਮੈਨੇਜਮੈਂਟ ਵੱਲੋਂ ਸਾਨੂੰ ਹੁਣ ਪੁੱਛਿਆ ਜਾ ਰਿਹਾ ਕਿ ਤੁਹਾਡਾ ਕਰਨਾ ਕੀ ਹੈ, ਤੁਸੀਂ ਗੱਲਬਾਤ ਕਿਵੇਂ ਕਰੋਗੇ, ਉਹਦੇ 'ਚ ਸਿੱਧੇ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਅਸੀਂ, ਕਿਉਂਕਿ ਸਾਡੀ ਸਵੇਰੇ ਮੀਟਿੰਗ ਹੋਈ ਹੈ ਸਾਰੀ ਸਟੇਟ ਲੀਡਰਸ਼ਿਪ ਦੀ, ਅਸੀਂ ਕਹਿਣਾ ਚਾਹੁੰਦੇ ਹਾਂ ਮੈਨੇਜਮੈਂਟ ਨੂੰ ਕਿ ਤੁਸੀਂ ਜੇ ਸਾਡੇ ਨਾਲ ਕੁਛ ਕਰਨਾ ਹੈ, ਕੋਈ ਮੀਟਿੰਗ ਕਰਨੀ ਹੈ, ਕੋਈ ਗੱਲਬਾਤ ਕਰਨੀ, ਅਸੀਂ ਗੱਲਬਾਤ ਤੋਂ ਨਹੀਂ ਭੱਜਦੇ, ਪਰ ਜੋ ਸੰਘਰਸ਼ ਹੈ ਸਾਡਾ ਉਦੋਂ ਤੱਕ ਜਾਰੀ ਰਹੂਗਾ ਜਦ ਤੱਕ ਸਾਨੂੰ ਤੁਸੀਂ ਕੁਛ ਦਿੰਦੇ ਨਹੀਂ, ਜੋ ਮੰਨੀਆਂ ਮੰਗਾਂ ਨੇ ਉਹਨਾਂ ਦੇ ਬਕਾਇਦਾ ਸਰਕੂਲਰ ਕਰਕੇ ਲਾਗੂ ਨਹੀਂ ਕਰਦੇ, ਉਦੋਂ ਤੱਕ ਇਹ ਸੰਘਰਸ਼ ਹੈ ਜਾਰੀ ਰਹੂਗਾ, ਬੇਸ਼ੱਕ ਉਹਦਾ ਸਾਨੂੰ ਕੋਈ ਵੀ ਖਮਿਆਜ਼ਾ ਭੁਗਤਣਾ ਪਵੇ। ਔਰ ਮੈਨੇਜਮੈਂਟ ਮਤ ਸੋਚੇ ਕਿ ਚਿੱਠੀਆਂ ਜਿਹੜੀਆਂ ਤੁਸੀਂ ਕੱਢੀਆਂ ਨੇ ਇਹਦੇ ਤੋਂ ਅਸੀਂ ਕੋਈ ਵੀ ਬਿਜਲੀ ਕੰਮਾਂ ਡਰੂਗਾ ਜਾਂ ਉਹਦਾ ਕੋਈ ਨੁਕਸਾਨ ਹੋਣ ਤੋਂ ਡਰੂਗਾ, ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ 80% ਲੋਕ ਜਿਹੜੇ ਹੈਗੇ ਆ ਉਹ ਇਸ
ਸੰਘਰਸ਼ ਦੇ ਵਿੱਚ ਸ਼ਾਮਿਲ ਨੇ ਔਰ ਸਮੂਹ ਲੋਕ ਜਦੋਂ ਤੁਹਾਡੇ ਤੋਂ ਕੋਈ ਮੰਗ ਕਰਦੇ ਹੈ ਔਰ ਤੁਹਾਡਾ ਫਰਜ਼ ਬਣਦਾ ਤੁਸੀਂ ਸਾਡੇ ਅਦਾਰੇ ਦੇ ਮੁਖੀ ਹੋ ਕਿ ਤੁਸੀਂ ਉਹਨਾਂ ਦੀ ਮੰਗ 'ਤੇ ਗੌਰ ਕਰੋ ਅਤੇ ਉਹ ਮੰਗਾਂ ਨੂੰ ਲਾਗੂ ਕਰੋ। ਮੇਰਾ ਨਾਮ ਹਰਪਾਲ ਸਿੰਘ ਸਰ, ਅਸੀਂ ਪੀ ਐੱਸ ਸੀ ਇੰਪਲਾਈ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਬਿਹਾਫ 'ਤੇ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ। ਸਰ, ਅਸੀਂ ਪਿਛਲੀ 31 ਜਿਹੜੀ ਜੁਲਾਈ ਹੈ ਲੰਘੀ ਸੀ, ਸਾਡੀ ਪਾਵਰ ਮਿਨਿਸਟਰ ਨਾਲ ਮੀਟਿੰਗ ਹੋਈ ਸੀਗੀ ਅਤੇ ਉਹਦੇ 'ਚ ਸਾਡੀਆਂ ਕੁਛ ਕੁ ਬਿਜਲੀ ਮੁਲਾਜ਼ਮਾਂ ਨੇ ਬਹੁਤ ਅਹਿਮ ਮੰਗਾਂ 'ਤੇ ਸਾਡੀ ਜਿਹੜੀ ਸਹਿਮਤੀ ਹੋਈ ਸੀ ਉਹਨਾਂ ਨਾਲ, ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ CM ਸਾਹਿਬ ਤੋਂ ਦਾ ਐਲਾਨ ਕਰਾਵਾਂਗੇ, ਪਰੰਤੂ ਸਾਡੀ ਜਿਹੜੀ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ, ਜਿਹਨਾਂ 'ਚ ਸਾਡੇ ਪ੍ਰਮੁੱਖ ਮੰਗ ਸੀ ਵੀ ਜਿਹੜੇ ਸਾਡੇ ਸਾਥੀ ਲਾਈਨ 'ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦੌਰਾਨ ਹਾਦਸਿਆਂ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਾਸ਼ੀ ਹੈ ਉਹ ਦਿੱਤੀ ਜਾਵੇ, ਅਤੇ ਇਹਦੇ 'ਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ ਵੀ ਅਸੀਂ ਇਹਨੂੰ ਛੇਤੀ ਛੇਤੀ ਲਾਗੂ ਕਰਾਂਗੇ। ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਤੁਰੰਤ ਹੈ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਮੁਹੱਈਆ ਕਰਾਉਣ ਦੀ ਸਹਿਮਤੀ ਬਣੀ ਸੀਗੀ, ਅਤੇ ਇੱਕ ਜਿਹੜੇ ਸਾਡੇ ਸਾਥੀਆਂ 'ਤੇ ਬਾਏਨੇਮ ਜਿਹੜੀ ਉਹ FIR ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਮੌਕੇ 'ਤੇ ਹੀ, ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਵੀ ਜਿਹੜੀ ਪ੍ਰਥਾ ਹੈ ਬੰਦ ਕੀਤੀ ਜਾਵੇ। ਉਹ ਮੰਗਾਂ 'ਤੇ ਸਾਡੀ ਸਹਿਮਤੀ ਬਣੀ ਸੀ, ਪਰੰਤੂ ਮੈਨੇਜਮੈਂਟ ਅਤੇ ਸਰਕਾਰ ਹੈ ਜਿਹੜੀ ਇਹ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਸੀ, ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ, ਉਹ ਲਾਗੂ ਕਰਨ ਤੋਂ ਲਗਾਤਾਰ ਮੁਨਕਰ ਹੈ। ਇਸ ਕਰਕੇ ਜਿਹੜੇ ਸਾਡੇ ਬਿਜਲੀ ਕਾਮੇ ਨੇ ਉਹ ਸੰਘਰਸ਼ ਦੇ ਰਾਹ 'ਤੇ ਨੇ। ਸੰਘਰਸ਼ ਦੇ ਪਹਿਲੇ ਪੜਾਅ 'ਚ ਅਸੀਂ 21 ਤਰੀਕ ਤੋਂ ਵਰਕ ਰੂਲ ਲਾਗੂ ਕਰ ਰਹੇ ਹਾਂ, ਮੀਨਸ ਸਾਡੇ ਸਾਥੀ ਜਿਹੜੇ ਆਪਦੀ ਸਿਰਫ ਬਣਦੀ ਡਿਊਟੀ ਹੈ ਉਹੀ ਕਰ ਰਹੇ ਨੇ, ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੀ ਜਿਹੜੇ ਵੈਕੈਂਸੀਆਂ ਇੰਨੀਆਂ ਜ਼ਿਆਦਾ ਖਾਲੀ ਨੇ, ਨਵੀਂ ਭਰਤੀ ਦੀ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ, ਤਾਂ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਿਹਾ ਤਾਂ ਉਹ 8 ਘੰਟੇ ਡਿਊਟੀ ਕਰ ਰਹੇ ਨੇ। ਸਪਲਾਈ ਸੰਬੰਧੀ ਵੀ ਪਰੇਸ਼ਾਨੀ ਆ ਰਹੀ ਹੈ, ਪਰੰਤੂ ਹਲੇ ਵੀ ਜਿਹੜੀ ਸਰਕਾਰ ਜਾਂ ਮੈਨੇਜਮੈਂਟ ਹੈ ਉਹ ਸਾਡੀ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ। ਸੰਘਰਸ਼ ਦੇ ਅਗਲੇ ਪੜਾਅ ਦੇ ਤੌਰ 'ਤੇ ਅਸੀਂ 1 ਸਤੰਬਰ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ETO ਦੀ ਰਿਹਾਇਸ਼ ਅੱਗੇ ਅੰਮ੍ਰਿਤਸਰ ਅਸੀਂ ਸੂਬਾ ਪੱਧਰੀ ਬਹੁਤ ਵੱਡਾ ਧਰਨਾ ਲਾਵਾਂਗੇ ਅਤੇ ਉੱਥੇ ਝੰਡਾ ਮਾਰਚ ਵੀ ਕਰਨਾ ਹੈ। ਉਸ ਤੋਂ ਬਾਅਦ ਅਸੀਂ 10, 11 ਅਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੂਅਲ ਲੀਵ 'ਤੇ ਜਾਣਗੇ। ਸਾਡੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ, ਕਿਉਂਕਿ ਬੜਾ ਸੰਵੇਦਨਸ਼ੀਲ ਅਦਾਰਾ ਹੈ ਜਿਹੜਾ, ਇਹ ਇੱਕ ਬੜਾ ਐਨਰਜੀ ਸੈਕਟਰ ਕੋਰ ਸੈਕਟਰ ਹੈ ਸਾਡਾ, ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀਆਂ ਜ਼ਰੂਰਤਾਂ ਜੁੜੀਆਂ ਹੋਈਆਂ ਨੇ। ਸੋ ਸਾਡੀ ਤਾਂ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੌਤੇ ਉਹ ਲਾਗੂ ਕਰ ਦੇਣ, ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹ ਆਪਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਉਹਨਾਂ ਨੂੰ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ, ਤਾਂ ਕਿ ਉਹ ਆਪਦੀ ਜਿਹੜੀ ਡਿਊਟੀ ਆ ਉਹ ਕਰਨ ਅਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਇਹਦੇ ਨਾਲ ਹੈ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਸਕੇ, ਸਹੀ ਤਰੀਕੇ ਨਾਲ ਜੀ ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਾਈ ਜਾ ਸਕੇ। ਨਹੀਂ, ਹਜੇ ਤੱਕ ਉਹਨਾਂ ਨੇ ਸਿਰਫ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਦੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਸੀਗੇ, ਵੀ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਅਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰਨ ਇਸ ਵਿਸ਼ੇ 'ਤੇ। ਸਿਰਫ ਮਤਲਬ ਇਹ ਹੈ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ 3 ਦਿਨਾਂ ਵਾਸਤੇ ਉਹ ਛੁੱਟੀ 'ਤੇ ਜਾਣਗੇ ਆਪਦੇ ਕੰਮ ਕਾਰ ਛੱਡ ਕੇ ਕੈਜੂਅਲੀ ਭਰ ਕੇ। ਉਹ ਬਿਲਕੁਲ ਜੀ, ਪੂਰੇ ਮਾਸ ਕੈਜੂਅਲੀ ਉੱਤੇ ਹੀ ਸਰ, ਜਿਹੜੀ ਸਾਡੀ ਜਥੇਬੰਦੀਆਂ ਨੇ ਇਹ ਘੱਟੋ ਘੱਟ 27,000 ਮੁਲਾਜ਼ਮ ਦੇ ਲਗਭਗ ਕਰੀਬ ਕਵਰ ਕਰਦੀਆਂ ਨੇ ਅਤੇ ਜੋ ਬਿਜਲੀ ਬੋਰਡ ਦੇ ਕੁੱਲ 80% ਦੇ ਤੋਂ ਵੀ ਜ਼ਿਆਦਾ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹਨੂੰ ਕਵਰ ਕਰਦੀਆਂ ਨੇ। ਇਸ ਤੋਂ ਇਲਾਵਾ ਸਾਡੀਆਂ ਵਿਭਾਗੀ ਮੰਗਾਂ ਨੇ, ਜਿਵੇਂ ਸਾਡੇ ਇੱਥੇ ਕੰਟਰੈਕਟ 'ਤੇ ਜਿਹੜੇ ਕਾਮੇ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ,
ਉਹਨਾਂ ਨੂੰ ਵੀ ਪੱਕੇ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ 3 ਸਤੰਬਰ ਨੂੰ ਵਿਧਾਨ ਸਭਾ ਦੇ ਘਿਰਾਓ ਦਾ, ਅਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਵਾਂਗੇ, ਕਿਉਂਕਿ ਸਾਡੀਆਂ ਪੰਜਾਬ ਸਰਕਾਰ ਵੱਲ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਡਿਮਾਂਡਸ ਨੇ, ਖਾਸ ਕਰਕੇ DA ਦਾ, ਸੋਧੇ ਸਕੇਲਾਂ ਦਾ ਬਕਾਇਆ, ਜਿਹੜੇ ਭੱਤੇ ਸਾਡੇ ਬੰਦ ਹੋਏ ਨੇ ਜਿਵੇਂ ਪੇਂਡੂ ਭੱਤਾ, ਬਾਰਡਰ ਏਰੀਆ ਅਲਾਊਂਸ, ਉਹਨਾਂ ਨੂੰ ਜਾਰੀ ਕਰਨ ਦਾ, ਅਤੇ ਹੋਰ ਭੱਤੇ ਜਿਹੜੇ ਸਾਡੇ ਬਿਜਲੀ ਬੋਰਡ ਦੇ ਆਪਦੇ ਭੱਤੇ ਰਿਵਾਈਜ਼ ਨਹੀਂ ਹੋਏ, ਬਕਾਇਆ ਪਿਆ ਉਹਨਾਂ ਦਾ 23 ਸਾਲਾਂ ਦਾ ਮਸਲਾ, ਵਿੱਤ ਮੰਤਰੀ ਨਾਲ ਸਾਡੇ ਬਹੁਤ ਸਾਰੇ ਸੰਬੰਧਿਤ ਮਸਲੇ ਨੇ, ਉਹ ਮਸਲਾ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਵੀ ਸੰਘਰਸ਼ ਲੜ ਰਹੇ ਹਾਂ ਸਾਂਝੇ ਤੌਰ 'ਤੇ, ਅਤੇ ਅਸੀਂ ਆਪਦੇ ਤੌਰ 'ਤੇ ਵੀ ਇਹ ਜਿਹੜਾ ਉਹ ਇਸ ਤੋਂ ਵੀ ਅੱਗੇ ਜਿਹੜੇ ਤਿੱਖੇ ਪ੍ਰੋਗਰਾਮ ਨੇ ਉਹ ਲਾਗੂ ਕਰਾਂਗੇ।